ਮਾਂ ਪਿਓ ਕਹੇਗਾ ਸ਼ਾਦੀ ਉੱਥੇ ਕਰਾਂਗੇ। ਅਸਲਾਮ ਅਲੈਕਮ ਦੋਸਤੋ, ਕੀ ਹਾਲ ਚਾਲ? ਠੀਕ ਠਾਕ। ਪਿੰਡਾਂ ਵਿੱਚ ਜੰਮੇ ਹੋਏ ਪਿੰਡਾਂ 'ਚ ਜਵਾਨ, ਤੂੰ ਤਾਂ ਕੁਝ ਵੀ ਨੀ ਬੁੱਤ, ਵੇਖੇ ਮੈਂ ਤੂਫਾਨ, ਸੱਜੇ ਹੱਥ ਮੈਂ ਸੀ ਮੇਰੇ ਖੱਬੇ ਸੁਲਮਾਨ। ਹਾਂ ਹਾਂ ਹਾਂ, ਪਿੰਡਾਂ ਵਾਲਾ ਰਾਈ ਤੇਰੇ ਸ਼ਹਿਰ ਵਿੱਚ ਆਊ, ਤੇਰੇ ਸ਼ਹਿਰ ਵਿੱਚ ਆ ਕੇ ਵੇਖੀ ਅੱਤ ਵੀ ਮਚਾਊ। ਪਿੰਡਾਂ ਵਾਲਾ ਰਾਈ ਤੇਰੇ ਸ਼ਹਿਰ ਵਿੱਚ ਆਊ, ਤੇਰੇ ਸ਼ਹਿਰ ਵਿੱਚ ਆ ਕੇ ਵੇਖੀ ਅੱਤ ਵੀ ਮਚਾਊ, ਅੱਤ ਵੀ ਮਚਾਊ। بسم اللہ الرحمن الرحیم۔ ناظرین، پروگرام نشاندہی میں پاکستان کے ایک نامور ٹک ٹاکر سٹار علی رضا سے آج آپ کی ملاقات کروانے جا رہا ہوں، جن کے فالور جو ہے پاکستان سے باہر انڈیا میں اور تمام ملکوں میں ابھی لاکھوں کی تعداد میں ہو چکے ہیں۔ وہ ایک فیصل آباد کے دہی ایریا اڈہ جوہل میں رہائش پذیر ہیں، ان کا نام علی رضا ہے۔ مکمل تعارف ان کی زبانی آپ کو کروائیں گے۔ میرے ساتھ بیٹھے ہیں علی رضا، جن کی آئی ڈی جو ہے علی میسی کے نام سے بنی ہوئی ہے، اور ان کے جو فالور ہیں، ان کے جو چاہنے والے ہیں، میں پہلے بتا چکا ہوں کہ وہ لاکھوں میں ہیں۔ آئیے ان سے آپ کا تعارف کرواتے ہیں۔ جی علی صاحب، آپ ناظرین کو اپنا جو ہے پورا نام بتائیں۔ جی میرا نام علی رضا وا، جڑے مینو گھر وچ بلایا جاندا سکول چ لگا والد دے نام سے، تے ٹک ٹاک آئی ڈی میں بنائی سی علی میسی نام تو۔ صحیح ہے۔ ہاں جی علی رضا صاحب، تسی سکول دا ذکر کیتا، کتنی تعلیم حاصل کیتی؟ میں میٹرک کیتی۔ میٹرک کیڑے سکول تو کیتی؟ گورنمنٹ یونائیٹڈ مسلم ہائی سکول اڈا جول تو۔ ہاں جی اڈا جول۔ صحیح ہے۔ تے ਇਹ ਕਿੱਥੋਂ ਤੁਹਾਨੂੰ ਸ਼ੌਕ ਟਿਕ ਟੋਕ ਦਾ ਪਿਆ? ਸ਼ੌਕ ਬਸ ਇੱਦਾਂ ਹੀ, ਵੀਡੀਓ ਇੱਕ ਬਣਾਈ ਸੀ ਲਾਕਡਾਊਨ ਦੇ ਦਰਮਿਆਨ ਨਾ, ਫ੍ਰੀ ਸੀ ਬੈਠੇ ਘਰਾਂ ਵਿੱਚ। ਸਹੀ ਹੈ। ਅਤੇ ਖੇਤਾਂ ਵਿੱਚ ਇੱਕ ਵੀਡੀਓ ਬਣਾਈ ਸੀ, ਦੇਸੀ ਮਾਹੌਲ 'ਚ ਤੂੜੀ ਪਾ ਰਿਹਾ ਸੀ। ਸਹੀ। ਬਸ ਇੱਕ ਲੋਕਾਂ ਨੂੰ ਕਿਹਾ ਕਿ ਅਸਲਾਮ ਵਾਲੇਕੁਮ ਦੋਸਤੋ, ਤੁਹਾਡਾ ਵੀਰ ਅਲੀ ਮੈਸੀ ਤੂੜੀ ਪਾ ਰਿਹਾ ਵਾ, ਅਤੇ ਜ਼ਿਮੀਦਾਰ ਆ ਜੇ ਉਹ ਵੀਡੀਓ ਬਣਾਈ ਸੀ। ਮੇਰੀ ਵੀਡੀਓ ਪਹਿਲੀ ਵਾਇਰਲ ਹੋ ਗਈ ਸੀ, ਲੋਕਾਂ ਨੇ ਲਾਈਕ ਕੀਤੀ, ਫਿਰ ਮੈਂ ਸੋਚਿਆ ਕਿ ਚਲੋ ਵੀਡੀਓ ਅਸੀਂ ਵੀ ਬਣਾਉਣੀ। ਲਓ ਜੀ, ਅਸੀਂ ਵੀ ਪੰਜਾਬੀ ਹਾਂ ਅਤੇ ਅਲੀ ਰਜ਼ਾ ਵੀ ਪੰਜਾਬੀ ਆ ਅਤੇ ਇੱਕ ਜ਼ਿਮੀਦਾਰ ਆ, ਮਤਲਬ ਜ਼ਿਮੀਦਾਰੇ ਸ਼ੋਭੇ ਦੇ ਨਾਲ ਵੀ ਮੁਨਸਲੇਗਾ। ਹਾਂਜੀ। ਅਤੇ ਤੂੜੀ ਪਾਉਂਦਿਆਂ ਪਹਿਲੀ ਇਹਨਾਂ ਨੇ ਵੀਡੀਓ ਵਾਇਰਲ ਕੀਤੀ ਅਤੇ ਲੋਕਾਂ ਨੇ ਉਹਨੂੰ ਬਹੁਤ ਮਤਲਬ ਲਾਈਕ ਕੀਤਾ। ਹਾਂਜੀ। ਅਤੇ ਅਲੀ ਮੈਸੀ ਸਾਹਿਬ, ਤੁਸੀਂ ਇਹ ਦੱਸੋ ਵੀ ਮਤਲਬ ਉਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਤੁਹਾਨੂੰ ਮਤਲਬ ਸ਼ੌਕ ਤੁਹਾਡਾ ਵੱਧ ਗਿਆ, ਵੀ ਤੁਸੀਂ ਇਹ ਸੋਚ ਲਿਆ ਵੀ ਮੈਂ ਸਟਾਰ ਬਣ ਸਕਦਾ? ਇੱਥੇ ਪਹਿਲੇ ਤਾਂ ਮੈਂ ਸੋਚਿਆ ਕਿ ਇੱਕ ਫਜ਼ੂਲ ਐਪਲੀਕੇਸ਼ਨ ਜਿਹਦੇ ਉੱਤੇ ਪਹਿਲੀ ਵੀਡੀਓ ਅਪਲੋਡ ਕੀਤੀ ਆ ਅਤੇ ਵਾਇਰਲ ਹੋ ਗਈ ਆ। ਸਹੀ ਆ। ਠੀਕ ਆ। ਫਿਰ ਮੈਂ ਸੋਚਿਆ, ਕਾਫੀ ਸਾਰੇ ਲੋਕ ਜਿਹੜੇ ਨਿੱਕੇ ਯੂਜ਼ਰ ਸੀ ਉਹਨੇ ਬੜਾ ਥੱਲੇ ਕਮੈਂਟ ਕਿਹਾ ਕਿ ਅਲੀ ਬਾਈ ਤੁਹਾਡੀ ਪਹਿਲੀ ਵੀਡੀਓ ਵਾਇਰਲ ਹੋਈ ਆ, ਤੁਸੀਂ ਹੋਰ ਵੀਡੀਓ ਬਣਾਓ, ਅਤੇ ਬਸ ਫਿਰ ਹੌਲੀ ਹੌਲੀ ਵੀਡੀਓ ਬਣਾਉਂਦੇ ਗਏ ਅਤੇ ਫਿਰ ਹੌਲੀ ਹੌਲੀ ਸਟਾਰ ਬਣ ਗਏ। ਅਤੇ ਬਸ ਇਹ ਸਭ ਵੀਰਾਂ ਭਰਾਵਾਂ ਦੀ ਮਿਹਰਬਾਨੀ ਜਿਹੜੇ ਸਾਨੂੰ ਸਪੋਰਟ ਕਰਦੇ ਆ, ਸਾਡੇ ਫੈਨ, ਇਹ ਉਹਨਾਂ ਦੀ ਬਣਾ ਰਹੇ ਤੁਸੀਂ ਅੱਜ ਇੱਥੇ ਬੈਠੇ ਆ ਮੁਕਾਮ ਦੇ। ਅੱਛਾ ਅਲੀ ਰਜ਼ਾ ਸਾਹਿਬ, ਇਹ ਦੱਸੋ ਵੀ ਤੁਹਾਡੇ ਫਾਲੋਅਰ ਕਿੰਨੇ ਆ ਇਸ ਵਕਤ? ਮੇਰੇ ਇਸ ਟਾਈਮ 5 ਲੱਖ ਫਾਲੋਅਰ ਆ। 5 ਲੱਖ? ਨਾਜ਼ਰੀਨ, ਮੈਂ ਤੁਹਾਨੂੰ ਦੱਸਿਆ ਸੀ ਇਹਨਾਂ ਦੇ ਫਾਲੋਅਰ ਜਿਹੜੇ ਆ ਉਹ ਲੱਖਾਂ ਦੀ ਤਾਦਾਦ ਦੇ ਵਿੱਚ ਆ, ਅਤੇ ਇਹ ਪਾਕਿਸਤਾਨ ਦੇ ਵਿੱਚ ਕਿੰਨੇ ਆ? ਔਰ ਤੁਹਾਨੂੰ ਇਹ ਵੀ ਪਤਾ ਹੋਣਾ ਵੀ ਦੂਸਰੇ ਮੁਲਕਾਂ ਦੇ? ਸਾਨੂੰ 96% ਪਾਕਿਸਤਾਨ ਵਿੱਚ ਸਪੋਰਟ ਆ। ਸਹੀ ਆ। ਅਤੇ 2% ਸਾਊਦੀ ਅਰਬ 'ਚੋਂ, ਅਤੇ 2% ਜਿਹੜੀ ਆ ਉਹ ਹੈਗੀ ਆ ਉਹਦੇ ਵਿੱਚੋਂ ਸਪੇਨ 'ਚ। ਅੱਛਾ ਜੀ, ਦੇਖੀ ਜਾਂਦੀ ਆ। ਅਲੀ ਮੈਸੀ ਸਾਹਿਬ, ਤੁਸੀਂ ਇਹ ਦੱਸੋ ਨਾਜ਼ਰੀਨ ਨੂੰ ਵੀ ਜਿਹੜੀਆਂ ਤੁਸੀਂ ਵੀਡੀਓ ਬਣਾਉਂਦੇ ਪੰਜਾਬੀ ਦੇ ਵਿੱਚ ਹੀ ਬਣਾਉਂਦੇ ਆ? ਹਾਂਜੀ ਹਾਂਜੀ, ਪੰਜਾਬੀ 'ਚ, ਮਤਲਬ ਸਾਡੀ ਮਾਦਰੀ ਜ਼ਬਾਨ ਆ, ਵੀ ਲੋਕ ਪਸੰਦ ਵੀ ਜ਼ਿਆਦਾ ਕਰਦੇ ਆਪਣੇ ਕਲਚਰ ਨਾਲ ਲੈ ਕੇ ਤੁਰੀ ਦਾ ਪੰਜਾਬੀ। ਇੱਕ ਅੱਧੀ ਵੀਡੀਓ ਬਣਾਈ ਆ ਉਰਦੂ ਦੇ ਵਿੱਚ, ਉਹਦੇ ਵਿੱਚ ਵੀ ਲੋਕਾਂ ਨੇ ਕਮੈਂਟ ਕੀਤੇ, ਲੜਕੀਆਂ ਨੇ ਲੜਕਿਆਂ ਨੇ ਕਿ ਤੁਹਾਨੂੰ ਅਲੀ ਬਾਈ ਪੰਜਾਬੀ ਅੱਛੀ ਲੱਗਦੀ, ਤੁਸੀਂ ਪੰਜਾਬੀ ਬੋਲੋ, ਅਤੇ ਫਿਰ ਮੈਂ ਪੰਜਾਬੀ ਵੀ ਬੋਲਦਾ ਹਾਂ ਹਰ ਵੀਡੀਓ ਦੇ ਵਿੱਚ। ਜਦੋਂ ਤੁਹਾਡਾ ਮਤਲਬ ਜਿਹੜਾ ਫਾਲੋਅਰ ਆ 1 ਲੱਖ ਤੋਂ ਇਨਕਰੀਜ਼ ਕੀਤਾ, ਵਧਿਆ, ਹਾਂਜੀ ਹਾਂਜੀ, ਅਤੇ ਕੀ ਮਹਿਸੂਸ ਹੋਇਆ ਤੁਹਾਨੂੰ? ਬਸ ਬੜੀ ਖੁਸ਼ੀ ਮਹਿਸੂਸ ਹੋਈ ਆ ਕਿ ਦਿਨੋਂ ਦਿਨ ਮਤਲਬ ਕਿ ਵੱਧਦੇ ਗਏ ਫਾਲੋਅਰ, ਅਤੇ ਮਤਲਬ ਕਿ ਜਿੰਨੀ ਅੱਛੀ ਵੀਡੀਓ ਬਣਾਓਗੇ ਉਹਨੇ ਤੁਹਾਡੇ ਲੋਕ ਫਾਲੋ ਵੀ ਕਰਨਗੇ, ਲਾਈਕ ਵੀ ਕਰਨਗੇ, ਅੱਛੇ ਅੱਛੇ ਕਮੈਂਟ ਵੀ ਕਰਨਗੇ। ਸਹੀ ਆ। ਅੱਛਾ, ਤੁਸੀਂ ਇਹ ਮੈਨੂੰ ਦੱਸੋ ਵੀ ਤੁਸੀਂ ਮਤਲਬ ਸਟਾਰ ਬਣ ਗਏ ਹੋ, ਤੁਹਾਡੀ ਆਈ ਡੀ ਵੀ ਮਤਲਬ ਇਸ ਵਕਤ ਅੱਛੇ ਮਤਲਬ ਲੁੱਕ ਵੈਂਡ 'ਤੇ ਪਈ ਆ। ਹਾਂਜੀ। ਅਤੇ ਇਹ ਤੋਂ ਕੋਈ ਅਰਨਿੰਗ ਦਾ ਜ਼ਰੀਆ ਵੀ ਆ, ਕੋਈ ਕਮਾਈ ਆਉਣੀ ਸ਼ੁਰੂ ਹੋਈ ਆ? ਨਹੀਂ, ਫਿਲਹਾਲ ਤਾਂ ਟਿਕਟੋਕ 'ਤੇ ਕਮਾਈ ਕਾਹੀ ਨਹੀਂ ਹੈਗੀ, ਮਤਲਬ ਕਿ ਅੱਛਾ, ਮਤਲਬ ਕਿ ਫਨੀ ਐਪਲੀਕੇਸ਼ਨ ਆ, ਫਨ ਇੱਕ ਦੂਜੇ ਨਾਲ ਪਿਆਰ ਮੁਹੱਬਤ ਵੰਡੀ ਦੀ ਆ। ਸਹੀ ਆ। ਅਤੇ ਯੂਟਿਊਬ ਚੈਨਲ ਬਣਾਇਆ ਵਾ ਨਾਲ। ਕਿਸ ਨਾਂ ਤੋਂ ਬਣਾਇਆ? ਉਹ ਵੀ ਅਲੀ ਮੈਸੀ ਦੇ ਨਾਮ ਤੋਂ। ਅਲੀ ਮੈਸੀ ਦੇ ਨਾਮ? ਅਲੀ ਮੈਸੀ 97 ਆਪਣੇ ਪਿੰਡ ਦਾ ਨਾਂ ਸੀ, ਅਤੇ 97 ਨਾਲ ਲਾਇਆ। ਸਹੀ। ਉਹਦੇ ਵਿੱਚ ਤੁਹਾਨੂੰ ਮਤਲਬ ਕਿ ਬੈਕਅਪ ਮਿਲਿਆ ਵਾ, ਸਪੋਰਟ ਕਿੰਨੀ ਕੁ ਮਿਲੀ? ਮਤਲਬ ਉਹਦੇ ਵਿੱਚ ਅੱਛੀ ਸਪੋਰਟ ਆ, ਮੋਨੀਟਾਈਜ਼ ਹੋ ਗਿਆ ਵਾ ਅੱਲਾ ਕਰਕੇ। ਕਿੰਨੀ ਦੇਰ ਜੇ ਹੋ ਗਿਆ? ਉਹ 2 ਮਹੀਨੇ ਜੇ ਹੋ ਗਿਆ। ਮਾਸ਼ਾਅੱਲਾ ਜੀ,
ਦੇਖੋ ਜੀ ਨਾਜ਼ਰੀਨ, 2 ਮਹੀਨੇ ਦੇ ਵਿੱਚ ਜਿਹੜਾ ਇਹਨਾਂ ਦਾ ਚੈਨਲ ਹੈਗਾ ਮੋਨੇਟਾਈਜ਼ ਹੋ ਗਿਆ। ਅਤੇ ਅਲੀਮੈਸੀ ਸਾਹਿਬ, ਸਾਨੂੰ ਇਹ ਦੱਸੋ ਵੀ ਤੁਹਾਡੀ ਸਭ ਤੋਂ ਜਿਹੜੀ ਆ ਅੱਛੀ ਜਿਹੜੀ ਵੀਡੀਓ ਵਾਇਰਲ ਹੋਈ ਆ, ਜਿੱਥੋਂ ਸਭ ਤੋਂ ਜ਼ਿਆਦਾ ਤੁਹਾਨੂੰ ਲਾਈਕ ਸ਼ੇਅਰ ਮਿਲਿਆ, ਉਹ ਕਿਹੜੀ ਆ? ਸਭ ਤੋਂ ਜਿਹੜੀ ਮੇਰੀ ਅੱਛੀ ਵੀਡੀਓ ਸੀ, ਮੈਂ ਇੱਕ ਅਰਾਈਆਂ 'ਤੇ ਪੋਇਟਰੀ ਕੀਤੀ ਸੀ। ਸਹੀ ਆ। ਅਤੇ ਉਹ ਅਰਾਈਆਂ ਵਾਲੀ ਵੀਡੀਓ ਮੇਰੀ ਬਹੁਤ ਵਾਇਰਲ ਹੋਈ ਸੀ, ਤਕਰੀਬਨ ਉਹਨੂੰ 6.5 ਲੱਖ ਲਾਈਕ ਸੀ। ਸਹੀ ਆ। ਅਤੇ 5.6 ਮਿਲੀਅਨ ਵਿਊ ਮਿਲੇ ਸੀ ਉਸ ਵੀਡੀਓ। ਮਤਲਬ 6.5 ਮਿਲੀਅਨ ਵਿਊ ਸੀਗੇ? ਹਾਂਜੀ ਹਾਂਜੀ, ਮਤਲਬ ਕਿ ਆਲ ਪਾਕਿਸਤਾਨ ਕੋਈ ਐਸਾ ਕੋਨਾ ਨਹੀਂ ਸੀ ਜਿਹਦੇ 'ਚ ਵੀਡੀਓ ਕਿਸੇ ਨਾ ਦੇਖੀ। ਅੱਛਾ, ਮੈਂ ਥੋੜ੍ਹਾ ਜਿਹਾ ਤੁਹਾਡੇ ਬਾਰੇ ਇਹ ਜਾਣਦਾ ਵੀ ਤੁਸੀਂ ਇੱਕ ਗਾਣਾ ਵੀ ਮਤਲਬ ਹਾਂਜੀ ਹਾਂਜੀ ਗਾਇਆ ਵਾ, ਅਤੇ ਉਹ ਬੜਾ ਹਿੱਟ ਹੋਇਆ। ਹਾਂਜੀ ਹਾਂਜੀ, ਪਿੰਡਾਂ ਵਾਲਾ ਰਾਈ ਸੌਂਗ। ਅੱਛਾ, ਪਿੰਡਾਂ ਵਾਲਾ ਰਾਈ ਸੌਂਗ ਜਿਹੜਾ ਹੈਗਾ ਵਾ, ਉਹ ਮਤਲਬ ਤੁਹਾਡਾ ਹਿੱਟ ਹੋਇਆ? ਹਾਂਜੀ ਹਾਂਜੀ। ਅਤੇ ਉਹਦੇ ਵਿੱਚ ਕਿੰਨੇ ਦੋਸਤਾਂ ਨੇ ਪਾਰਟੀਸਪੇਟ ਕੀਤਾ? ਮਤਲਬ ਉਹਦੇ ਵਿੱਚ ਦੋਸਤ, ਇੱਕ ਮੇਰਾ ਮੀਆਂ ਸਲਮਾਨ ਟਿਕਟ ਹੋ ਗਿਆ। ਸਹੀ ਹੈ। ਉਹ ਤੋਂ ਬਾਅਦ ਮੌਲਵੀ ਗੁੜਵਾਲਾ, ਉਹ ਤੋਂ ਬਾਅਦ ਮੇਰਾ ਦੋਸਤ ਕਾਕਾ DSP ਆ ਸਾਡੇ ਇੱਥੇ, ਮਤਲਬ ਕਿ ਉਹਨਾਂ ਨੇ ਸਪੋਰਟ ਕੀਤਾ ਉਹਦੇ ਵਿੱਚ ਬਹੁਤ ਜ਼ਿਆਦਾ ਨਾ। ਇਹਦੇ 'ਚ ਤੁਹਾਨੂੰ ਇਲਾਕੇ ਤੋਂ ਔਰ ਬਾਹਰੋਂ ਸਪੋਰਟ ਕਿੰਨੀ ਹੋਈ, ਔਰ ਤੁਹਾਡੀ ਮੁਖਾਲਫਤ ਵੀ ਹੋਈ ਇਹਦੇ 'ਚ? ਮੁਖਾਲਫਤ ਬਸ ਤਾਂ ਹੁੰਦੀ ਆ ਜਦੋਂ ਕਹਿੰਦੇ ਕਿ ਟੈਲੈਂਟ 'ਚ ਬੀਟ ਨਾ ਹੋਵੇ ਤਾਂ ਹਰ ਬੰਦਾ ਮੁਖਾਲਫਤ ਕਰਦਾ ਵਾ। ਸਹੀ ਹੈ। ਤੁਹਾਨੂੰ ਪਤਾ ਵਾ ਕੋਈ ਇਮਰਾਨ ਖਾਨ ਆ, ਕੁਛ ਵੀ ਨਹੀਂ ਕਰਦੇ, ਠੀਕ ਆ, ਉਹਨਾਂ ਦੇ ਖਿਲਾਫ ਦੁਨੀਆ ਇੰਨੀ ਟਿਕਟ ਉੱਤੇ ਬਹੁਤ ਬੋਲਦੀ ਆ। ਸਹੀ ਹੈ। ਜਦੋਂ ਕਿਸੇ ਬੰਦੇ ਦੀ ਚੜ੍ਹਾਈ ਹੁੰਦੀ ਨਾ, ਉਹਦੀ ਮੁਖਾਲਫਤ ਦੀ ਵਿਆਹ ਹੁੰਦੀ ਆ, ਜਿੰਨੀ ਉਹਦੀ ਟਿਕਟ ਉੱਤੇ ਜਿੰਨੀ ਕਿਸੇ ਦੀ ਮੁਖਾਲਫਤ ਹੋਊਗੀ, ਉਨਾ ਹੀ ਬੰਦਾ ਜ਼ਿਆਦਾ ਵਾਇਰਲ ਹੋਏਗਾ, ਹਿੱਟ ਹੋਏਗਾ। ਅੱਛਾ, ਅਲੀਮੈਸੀ ਸਾਹਿਬ, ਸਾਨੂੰ ਇਹ ਦੱਸੋ ਵੀ ਜਦੋਂ ਮਤਲਬ ਤੁਸੀਂ ਇੱਕ ਖਾਬ ਤੋਂ ਹੁਣ ਦੇਖਦੇ ਹੋਵੇਗੇ ਬਹੁਤ ਮਤਲਬ ਅੱਛੇ ਮੁਸਤਕਬਲ ਦਾ। ਹਾਂਜੀ ਹਾਂਜੀ, ਦੇਖੀ ਮੈਟ੍ਰਿਕ ਤਲੀਮ ਆ, FABA ਲੋਕ ਜਿਹੜੇ ਆ ਉਹ ਮਤਲਬ ਇਸ ਵਕਤ ਬਿਲਕੁਲ ਛੋਟੀ ਤੋਂ ਛੋਟੀ ਜੋਬ ਜਿਹੜੀ ਆ ਉਹ ਫੈਕਟਰੀਆਂ 'ਚ ਹੈਲਪਰ ਦੀ ਮਿਲਦੀ ਆ। ਹਾਂਜੀ ਹਾਂਜੀ, ਠੀਕ ਹੈ। ਔਰ ਅਗਰ ਤੁਸੀਂ ਮੈਟ੍ਰਿਕ ਪਾਸ ਹੋ ਕੇ ਅਗਰ ਤੁਸੀਂ ਸਟਾਰ ਬਣ ਜਾਂਦੇ ਹੋ ਔਰ ਬਣ ਗਏ ਹੋ, ਹਾਂਜੀ ਹਾਂਜੀ, ਔਰ ਤੁਹਾਡਾ ਨਾਂ ਜਿਹੜਾ ਪੂਰੇ ਪਾਕਿਸਤਾਨ 'ਚ ਲਿਆ ਜਾਂਦਾ ਵਾ, ਹਾਂਜੀ ਹਾਂਜੀ, ਅਤੇ ਮਤਲਬ ਤੁਸੀਂ ਮੁਸਤਕਬਲ ਦਾ ਕੋਈ ਅੱਛਾ ਖਾਬ ਤਾਂ ਦੇਖ ਰਹੇ ਹੋ ਗਏ? ਬਸ ਫਿਲਹਾਲ ਤਾਂ ਕੋਈ ਨਹੀਂ, ਟਿਕਟ ਉਹਦੇ ਬਾਰੇ ਜ਼ਿਹਰ ਰਹਿੰਦਾ ਸਾਰੀ ਦਿਹਾੜੀ। ਵੀਡੀਓ ਬਣਾ ਲਓ, ਵੀਡੀਓ ਦੋਸਤਾਂ ਨਾਲ ਗੱਪਸ਼ਪ, ਵਟਸਐਪ ਗਰੁੱਪ ਬਣੇ, ਫੈਨਾਂ ਨੂੰ ਵੀ ਟਾਈਮ ਦੇਈਦਾ ਇਹਦੇ ਵਿੱਚ। ਸਹੀ ਆ। ਫਿਲਹਾਲ ਆਪਾਂ ਜ਼ਿੰਮੇਦਾਰਾਂ ਕਰੀਦਾ ਵਾ। ਅਲੀਮੈਸੀ ਸਾਹਿਬ, ਇਹ ਸਾਡੇ ਜਿਹੜੇ ਚੈਨਲ ਦੇ ਨਾਜ਼ਰੀਨ ਆ ਨਾ, ਉਹਨਾਂ ਦੀ ਸਪੈਸ਼ਲ ਫਰਮਾਇਸ਼ 'ਤੇ ਤੁਹਾਡਾ ਇੰਟਰਵਿਊ ਕਰ ਰਹੇ ਹਾਂ। ਅੱਛਾ ਅੱਛਾ। ਤੁਹਾਡਾ ਅਸੀਂ ਗਾਣਾ ਵੀ ਮਤਲਬ ਜਿਹੜਾ ਨਾ ਪਿੰਡ ਵਾਲਾ ਜਿਹੜਾ ਹੈ ਵਾ ਰਾਈ, ਉਹ ਅਸੀਂ ਨਾਜ਼ਰੀਨ ਨੂੰ ਇਸੇ ਪ੍ਰੋਗਰਾਮ ਦੇ ਵਿੱਚ ਸੁਣਾਉਣਾ। ਅੱਛਾ ਅੱਛਾ। ਤੇਰੇ ਸ਼ਹਿਰ ਵਿੱਚ ਆਊ, ਤੇਰੇ ਸ਼ਹਿਰ ਵਿੱਚ ਆ ਕੇ ਦੇਖੀ ਅੱਤ ਵੀ ਮਚਾਊ, ਪਿੰਡਾਂ ਰਾਹੀਂ ਤੇਰੇ ਸ਼ਹਿਰ ਵਿੱਚ ਆਊ, ਤੇਰੇ ਸ਼ਹਿਰ ਵਿੱਚ ਆ ਕੇ ਦੇਖੀ ਅੱਤ ਵੀ ਮਚਾਊ, ਅੱਤ ਵੀ ਮਚਾਊ, ਪਿੱਠ ਪਿੱਛੇ ਰਾਈ ਨੂੰ ਜਿਹੜੇ ਮਾਰਦੇ ਕਮੰਟਾ, ਚੱਕ ਲੈਣੇ ਆਪਾਂ ਲਾਣਾ ਇੱਕ ਵੀ ਨਾ ਮਿੰਟਾ, ਪੈਰ ਤਰਤੀ ਤੇ ਨਾਮ ਹੁੰਦਾ ਏ ਫਲਾਈ, ਪਿੰਡਾਂ ਰਾਹੀਂ ਤੇਰਾ ਪਿੰਡਾਂ ਰਾਹੀਂ, ਯਾਰ ਤੇਰਾ ਅੱਤ ਦੇ ਸਟਾਈਲ ਮਾਰਦਾ ਜਿਵੇਂ ਹੁੰਦਾ ਫਿਲਮਾਂ ਦਾ ਸੀਨ ਗੋਰੀਏ, ਪੰਜਾਬ 'ਚ ਚੜ੍ਹਾਈ ਹੈਗੀ ਤੇਰੇ ਯਾਰ ਦੀ ਜਿਵੇਂ ਬੋਲੀਵੁੱਡ ਦਾ ਸਟਾਰ ਬੰਦੀਏ, ਸਹੇਲੀ ਆਪਾਂ ਰੱਖੀ ਜਿਹੜੀ ਮੱਖਣ ਮਲਾਈ, ਯਾਰ ਦੀ ਵੀ ਅੱਜ ਕੱਲ੍ਹ ਪੂਰੀ ਆ ਚੜ੍ਹਾਈ, ਪਿੰਡਾਂ ਰਾਹੀਂ ਤੇਰੇ ਸ਼ਹਿਰ ਵਿੱਚ ਆਊ, ਤੇਰੇ ਸ਼ਹਿਰ ਵਿੱਚ ਆ ਕੇ ਦੇਖੀ ਅੱਤ ਵੀ ਮਚਾਊ, ਪਿੰਡਾਂ ਰਾਹੀਂ ਤੇਰੇ ਸ਼ਹਿਰ ਵਿੱਚ ਆਊ, ਤੇਰੇ ਸ਼ਹਿਰ ਵਿੱਚ ਆ ਕੇ ਦੇਖੀ ਅੱਤ ਵੀ ਮਚਾਊ, ਅੱਤ ਵੀ ਮਚਾਊ। ਠੀਕ ਹੈ। ਅਤੇ ਤੁਸੀਂ ਹੁਣ ਨਾ ਆਪਣੇ ਨਾਜ਼ਰੀਨ ਨੂੰ, ਆਪਣੇ ਲਵਰ ਨੂੰ, ਆਪਣੇ ਫਾਲੋਅਰ ਨੂੰ ਨਾ ਇੱਕ ਅੱਛਾ ਜਿਹਾ ਮੈਸੇਜ ਦੇ ਦਿਓ ਵੀ ਮਤਲਬ ਜਿਸ ਤਰ੍ਹਾਂ ਤੁਸੀਂ ਮਤਲਬ ਕਾਮਯਾਬੀ ਦੀ ਤਰਫ ਜਾ ਰਹੇ ਆ ਨਾ, ਕੋਈ ਮੈਸੇਜ ਐਸਾ ਦਿਓ ਜਿਹੜਾ ਨੌਜਵਾਨ ਨਸਲ ਜਿਹੜੀ ਨਾ ਪਰੇਸ਼ਾਨ ਆ, ਉਹਨਾਂ ਨੂੰ ਕੋਈ ਮੈਸੇਜ ਦੇ ਦਿਓ। ਬਸ ਪਾਕਿਸਤਾਨ ਦੇ ਵਿੱਚ ਮੈਂ ਸੁਣਿਆ ਸੀ ਕਿ ਟੈਲੈਂਟ ਦੀ ਮਤਲਬ ਕਦਰ ਨਹੀਂ ਹੈਗੀ, ਅਤੇ ਬਹਰਹਾਲ ਜਿਸ ਇਨਸਾਨ ਕੋਲ ਵੀ ਟੈਲੈਂਟ ਆ ਉਹ ਆਪਾਂ ਟਿਕਟ ਉੱਤੇ ਸ਼ੋਅ ਕਰਾਵੇ ਅਤੇ ਇਨਸ਼ਾਅੱਲਾ ਉਹਨੂੰ ਉਹਦੇ ਵਿੱਚ ਮਿਹਨਤ ਦਾ ਫਲ ਮਿਲੇਗਾ। ਵੀ ਇੱਕ ਐਪਲੀਕੇਸ਼ਨ 'ਤੇ ਵੀ ਅਗਰ ਕੋਈ ਟੈਲੈਂਟ ਸ਼ੋਅ ਹੁੰਦਾ ਵਾ ਤਾਂ ਪੂਰੀ ਦੁਨੀਆ ਉਹਦੀ ਕਦਰ ਕਰਦੀ। ਬਿਲਕੁਲ ਬਿਲਕੁਲ ਕਦਰ ਹੈ। ਟਿਕਟੋਕ ਇੱਕ ਐਸੀ ਚੀਜ਼ ਆ ਕਿ ਟਿਕਟੋਕ, ਅੱਜ ਟਿਕਟੋਕ ਬੰਦ ਹੋ ਜਾਏ ਨਾ ਤਾਂ ਕੋਈ ਕਿਸੇ ਨੂੰ ਨਹੀਂ ਜਾਣਦਾ। ਟਿਕਟੋਕ ਤੋਂ ਇੰਨਾ ਪਿਆਰ ਮਿਲਿਆ, ਦੁਨੀਆ ਦੂਰੋਂ ਦੂਰੋਂ ਮਿਲਣ ਆਉਂਦੀ ਇਲਾਕਿਆਂ ਵਿੱਚੋਂ ਬਾਹਰੋਂ, ਮਤਲਬ ਕਿ ਬਹੁਤ ਪਿਆਰ ਮੁਹੱਬਤ ਮਿਲੀ ਹੈ ਮੈਨੂੰ। ਲੋਕਾਂ ਨੂੰ ਮੈਂ ਇਹੀ ਕਹਾਂਗਾ ਕਿ ਅਗਰ ਕਿਸੇ ਕੋਲ ਟੈਲੈਂਟ ਹੈਗਾ ਉਹ ਆਪਣਾ ਟਿਕਟੋਕ 'ਤੇ ਸ਼ੋਅ ਕਰੇ ਅਤੇ ਇਨਸ਼ਾਅੱਲਾ ਉਹਨੂੰ ਉਹਦਾ ਮਿਹਨਤ ਦਾ ਫਲ ਜ਼ਰੂਰ ਮਿਲੇਗਾ, ਚਾਹੇ ਉਹ ਅੱਛਾ ਵਾ ਚਾਹੇ ਉਹ ਬੁਰਾ ਵਾ। ਅੱਛਾ, ਨਾਜ਼ਰੀਨ ਨੂੰ ਕੋਈ ਮਤਲਬ ਨਾ ਟਿਕਟੋਕ ਦੀ ਕੋਈ ਝਲਕੀ ਮਾੜੀ ਜੀ ਕਰ ਦਿਓ, ਮਤਲਬ ਨਾ ਕੋਈ ਵੀ ਮਤਲਬ ਡਾਇਲੋਗ ਹੀ ਕੋਈ ਮਾਰ ਦਿਓ। ਡਾਇਲੋਗ ਕਿੱਦਾਂ ਮਾਰੀਏ? ਜਿਹੜਾ ਤੁਹਾਡਾ ਬੈਸਟ ਵਾ। ਅਸਲਾਮ ਵਾਲੇਕਮ ਦੋਸਤੋ, ਕੀ ਹਾਲ ਚਾਲ? ਠੀਕ ਠਾਕ ਹੋ? ਤੁਹਾਡਾ ਵੀਰ AliMissey ਅੱਜ ਤੂੜੀ ਪਾਉਣ ਹੈਗਾ ਵਾ ਅਤੇ ਸਾਰੇ ਵੀਰਾਂ ਭਰਾਵਾਂ ਨੇ ਸਪੋਰਟ ਕਰਨੀ ਆ, ਬਾਰਿਸ਼ ਵੀ ਬੜੀ ਉੱਤੋਂ ਹੋਈ ਆ ਅਤੇ ਤੂੜੀ ਪਾ ਰਹੇ ਹਾਂ। ਜ਼ਿਮੀਦਾਰ ਆ, ਜ਼ਿਮੀਦਾਰਾਂ ਦੀ ਇਹੀ ਜ਼ਿੰਦਗੀ ਆ। ਸਭ ਤੋਂ ਪਹਿਲੀ ਮੇਰੀ ਵੀਡੀਓ ਸੀ ਜਿਹੜੀ ਮੈਂ ਬਣਾਈ ਸੀ। ਲਓ ਜੀ, ਸਭ ਤੋਂ ਵੱਡੀ ਗੱਲ ਆ AliMissey ਸਾਹਿਬ ਨੇ ਇਹ ਜ਼ਿਮੀਦਾਰ ਸੀਗੇ ਤਾਂ ਆਪਣਾ ਜਿਹੜਾ ਹੁਣ ਮਤਲਬ ਜਿਹੜਾ ਉਹ ਕੰਮ ਸੀ, ਸ਼ੋਭਾ ਸੀ, ਉਹ ਨਹੀਂ ਟਿਕਟੋਕਰ ਤੋਂ ਛਪਾਇਆ, ਆਪਣੇ ਜਿਹੜੇ ਲਵਰ ਸੀਗੇ ਫਾਲੋਅਰ ਸੀ ਉਹਨਾਂ ਤੋਂ ਨਹੀਂ ਛਪਾਇਆ ਅਤੇ ਇਹਨਾਂ ਦਾ ਮਤਲਬ ਇਸ ਮੈਸੇਜ 'ਤੇ ਇਹ ਕਹਿਣਾ ਵੀ ਮਤਲਬ ਬੰਦਾ ਜ਼ਿੰਦਗੀ ਦੇ ਵਿੱਚ ਕੋਈ ਵੀ ਕੰਮ ਕਰਦਾ ਨਾ, ਅਗਰ ਉਹ ਮਿਹਨਤ ਕਰਦਾ
ਉਹ ਲਾਜ਼ਮੀ ਕਾਮਯਾਬ ਹੁੰਦਾ। ਲਓ ਜੀ ਆਖਰੀ ਤੁਸੀਂ ਹੁਣ ਤੁਸੀਂ ਆਪਣਾ ਲਾਈਕ ਦੱਸ ਦਿਓ ਵੀ ਕਿੰਨਾ। ਮੇਰੇ ਤਕਰੀਬਨ 13.1 million ਲਾਈਕ ਹੋ ਗਏ। ਲਓ ਜੀ 13 million ਲਾਈਕ ਆ ਜੀ ਅਲੀਮੈਸੀ ਸਾਹਿਬ ਦੇ। ਜੀ ਅਲੀਮੈਸੀ ਸਾਹਿਬ, ਜਦੋਂ ਤੁਸੀਂ ਟਿਕ ਟੋਕ ਦਾ ਦੀ ਪਹਿਲੀ ਵੀਡੀਓ ਵਾਇਰਲ ਕੀਤੀਆਂ, ਘਰ ਵੱਲੋਂ ਕੋਈ ਪ੍ਰੋਬਲਮ ਭਾਈ ਵੱਲੋਂ ਜਾਂ ਕਿਸੇ ਵਾਲਦ ਵੱਲੋਂ ਜਾਂ ਕਿਸੇ ਅਜ਼ੀਜ਼ ਓ ਘਰ ਵੱਲੋਂ ਤਾਂ ਨਹੀਂ ਆਈ? ਜਦੋਂ ਸ਼ੁਰੂ ਤੋਂ ਮਤਲਬ ਕਿ ਮੈਂ ਜੋ ਫੇਮਸ ਹੋਇਆ ਨਾ, ਹਾਂਜੀ 5-6 ਵੀਡੀਓ ਵਾਇਰਲ ਹੋਈ ਆ, ਮੈਨੂੰ ਇੱਕ ਸ਼ੌਕ ਜਿਹਾ ਬਣ ਗਿਆ। ਸਹੀ ਹੈ, ਮੈਂ ਵੀਡੀਓ ਬਣਾਉਣੀ, ਕੰਮ ਕਾਰ ਛੋੜ ਕੇ ਨਾ ਇੱਕ ਮਤਲਬ ਕਿ ਨਸ਼ਾ ਨਹੀਂ ਇੱਦਾਂ ਹੋ ਜਾਂਦਾ ਮੈਨੂੰ ਹਲਕਾ ਜਿਹਾ, ਮਤਲਬ ਜਿਹੜੀਆਂ ਵੀਡੀਓ ਬਣਾ, ਘਰ ਵਾਲਿਆਂ ਨੇ ਕਹਿਣਾ ਕਿ ਯਾਰ ਕੋਈ ਕੰਮ ਨਹੀਂ ਹੈਗਾ, ਨਾ ਕਰਿਆ ਕਰ। ਅਤੇ ਜਦੋਂ ਦੁਨੀਆ ਮਿਲਣ ਆਈ ਬਾਹਰੋਂ ਗੱਡੀਆਂ ਅਤੇ ਕਾਰਾਂ, ਅਤੇ ਜਦੋਂ ਮੈਂ ਆਪਣੇ ਕਣਕ ਕੱਢਦੇ ਹੋਣਾ ਜਾਂ ਕੰਮ ਕਰਦੇ ਹੋਣਾ ਮਾੜੀ ਹਾਲਤ 'ਚ, ਲੋਕਾਂ ਨੇ ਮਿਲਣਾ ਗਲੇ ਲਾਉਣਾ, ਅਤੇ ਘਰ ਵਾਲਿਆਂ ਨੇ ਉੱਥੋਂ ਫਿਰ ਸਾਨੂੰ ਘਰ ਵਾਲਿਆਂ ਦੀ ਇੱਦਾਂ ਦਾ ਸ਼ੁਕਰ ਆ, ਮੇਰੇ ਅੱਬੂ ਦੀ ਮੈਨੂੰ ਬਹੁਤ ਸਪੋਰਟ ਆ, ਅਤੇ ਮੈਨੂੰ ਤੁੰਨ ਕੇ ਕਰਦੇ ਸਪੋਰਟ ਜਿੰਨੀ ਹੋ ਸਕੇ, ਮਤਲਬ ਕਿ ਪੈਸੇ ਦਿੰਦੇ ਜਾਣ ਆਉਣ ਵਾਸਤੇ, ਕਿਤੇ ਜਾਣਾ ਹੋਵੇ ਪੈਸੇ ਦਿੰਦੇ ਆ, ਪੈਕ ਜੀ ਵਾਸਤੇ ਅੱਬੂ ਕੋ ਪੈਸੇ, ਕਿਉਂਕਿ ਮੈਂ ਤਾਂ ਖੁਦ ਦਿਖਦਾ ਕਰਦਾ ਨਾ, ਅਤੇ ਫੁੱਲ ਸਪੋਰਟ ਆ ਘਰ ਵਾਲਿਆਂ ਨੂੰ। ਘਰ ਵਾਲੇ ਕੋਈ ਐਸੀ ਵੈਸੀ ਗੱਲ ਨਹੀਂ ਕਹਿੰਦੇ ਹੈਗੇ ਕਿ ਨਾ ਚਲਾਓ ਜੇ ਉਹ, ਸਟਾਰ ਬਣ ਗਏ ਉਹ। ਹਾਂਜੀ ਹਾਂਜੀ, ਹੁਣ ਤਾਂ ਤੁਹਾਨੂੰ ਮਤਲਬ ਤੁਹਾਡੀ ਆਈ ਡੀ 'ਤੇ ਸ਼ਾਦੀਆਂ ਦੀਆਂ ਆਫਰਾਂ ਆਉਂਦੀਆਂ ਹੋਣੀਆਂ। ਬਸ ਆਉਂਦੀਆਂ ਵਾ, ਨਹੀਂ ਗੋਲ ਕੀ ਮੁਸਤਕਬਿਲ ਸੋਚਿਆ? ਮੁਸਤਕਬਿਲ ਫਿਲਹਾਲ ਤਾਂ ਕੋਈ ਨਹੀਂ ਸੋਚਿਆ ਹੈਗਾ, ਕਾਫੀ ਸਾਰੇ ਹਾਂ ਜੀ ਟਿਕਟੋਕਰ ਜਿਹੜੇ ਸਟਾਰ ਆ ਉਹਨਾਂ ਦਾ ਸਭ ਤੋਂ ਵੱਡਾ ਕੰਮ ਤਾਂ ਇਹ ਹੀ ਆ। ਹਾਂਜੀ ਹਾਂਜੀ, ਵੀ ਉਹਨਾਂ ਨੂੰ ਮਤਲਬ 30-40% ਤਾਂ ਲੜਕੀਆਂ ਉਹਨਾਂ ਨੂੰ ਉਹਦੀਆਂ ਫਾਲੋਅਰ ਲਵਰ ਹੁੰਦੀਆਂ। ਹਾਂਜੀ ਹਾਂਜੀ ਬਿਲਕੁਲ, ਉਹ ਫਿਰ ਇਨਬੋਕਸ ਸਪੈਸ਼ਲ ਮੋਬਾਈਲ 'ਤੇ ਗਾਲਾਂ ਸ਼ਾਲਾਂ ਤਾਂ ਆਉਂਦੀਆਂ ਹੀ ਆ। ਬਸ ਆਉਂਦੀਆਂ ਵਾ, ਕਦੀ ਪ੍ਰੋਪਰ ਧਿਆਨ ਦਿੱਤਾ ਹੈਗਾ ਉਹਨਾਂ ਵੱਲ, ਆਪਾਂ ਟਿਕਟੋਕ 'ਚ ਮਸਰੂਫ ਰਹੀਦਾ ਵਾ, ਮਤਲਬ ਆਪਣੇ ਮੁਸਤਕਬਿਲ ਵੱਲ ਆਪਣੀ ਕਾਮਯਾਬੀ ਵੱਲ ਧਿਆਨ। ਹਾਂਜੀ ਹਾਂਜੀ, ਅਤੇ ਜੇ ਉਹਨਾਂ ਵੱਲ ਹੁਣ ਧਿਆਨ ਰੱਖਾਂਗੇ ਫਿਰ ਬੰਦਾ ਟਿਕਟੋਕ ਤੋਂ ਫਿਰ ਹਟ ਗਿਆ, 24 ਘੰਟੇ ਬੰਦਾ ਫਿਰ ਉਹਨਾਂ ਦੇ ਗੱਪਸ਼ਾਪ 'ਚ ਲੱਗਾ ਰਹਿੰਦਾ ਵਾ, ਦਈਦਾ ਟਾਈਮ ਵਿੱਚ ਫੈਨਸ ਨੂੰ ਦਈਦਾ, ਜਿਹੜਾ ਫੈਨਸ ਤੌਰ 'ਤੇ ਗੱਲ ਕਰਦਾ ਵਾ, ਸਹੀ ਹੈ, ਜਿਹੜਾ ਉੱਦਾਂ ਬਾਤ ਕਰੇਗਾ ਉਹਨਾਂ ਮਤਲਬ ਕੰਮ ਹੀ। ਵੀ ਜਦੋਂ ਤੁਸੀਂ ਬਾਹਰ ਜਾਂਦੇ ਕਿਸੇ ਪ੍ਰੋਗਰਾਮਾਂ 'ਤੇ ਜਾਂ ਰਸ਼ ਵਾਲੀ ਜਗ੍ਹਾ 'ਤੇ ਜਾਂ ਮਤਲਬ ਕੋਈ ਐਸਾ ਤੁਹਾਡੇ ਨਾਲ ਵਾਕਿਆ ਪੇਸ਼ ਆਇਆ ਵੀ ਲੋਕ ਤੁਹਾਨੂੰ ਮਤਲਬ ਪਸੰਦ ਕਰ ਰਹੇ ਹੋਣ, ਤੁਹਾਡੀ ਵੀਡੀਓ ਉਹ ਕਹਿਣ ਵੀ ਅਲੀ ਭਾਈ ਤੁਹਾਨੂੰ ਤਾਂ ਦੇਖਿਆ ਫਲਾਮ ਵੀਡੀਓ? ਹਾਂਜੀ ਹਾਂਜੀ ਬਿਲਕੁਲ, ਇੱਦਾਂ ਹੁੰਦਾ ਮਤਲਬ ਇੰਨੇ ਮਸ਼ਹੂਰ ਹੋ ਗਏ ਹੁਣ ਜੀ, ਕਿਤੇ ਵੀ ਚੱਲ ਜਾਈਏ ਨਾ ਕਿਤੇ ਵੀ ਉੱਥੇ ਦੁਨੀਆ ਇਕੱਠੀ ਹੋ ਜਾਂਦੀ, ਭੀੜ ਇਕੱਠੀ ਹੋ ਜਾਂਦੀ ਆ, ਸੈਲਫੀਆਂ ਲੈਣ ਵਾਸਤੇ, ਸੈਲਫੀਆਂ ਵੀਡੀਓ ਪਹਿਲੇ ਇੱਕ ਵਾਰੀ ਵੇਖਦੇ ਆ ਕਿ ਅਲੀਮੈਸੀ ਆ, ਫਿਰ ਜਦੋਂ ਆਪ ਸਲਾਮ ਲਈਦਾ ਦਸਤੀ ਪਛਾਣ ਜਾਂਦੇ ਆ ਕਿ ਪੰਜਾਬੀ ਤੋਂ ਕਿ ਵਾਕਿਆ ਹੀ ਅਲੀ ਭਾਈ ਆ। ਇੱਕ ਦਫ਼ਾ ਮੈਂ ਫੈਸਲਾਬਾਦ ਗਿਆ ਸੀ ਅਤੇ ਉੱਥੇ ਪਛਾਣ ਸੀ ਪਾਈ ਸੀ ਉਰਦੂ ਬੋਲ ਕੇ, ਸਹੀ ਆ, ਕਾਫੀ ਸਾਰੇ ਦੋਸਤ ਸੀ ਉਹਨਾਂ ਨੇ ਇੱਦਾਂ ਕਿਹਾ ਕਿ ਮੈਂ ਪਹਿਚਾਣ ਵੈਸੇ ਪ੍ਰੋਪਰ ਨਹੀਂ ਪਾਈ, ਉੱਦਾਂ ਮੈਂ ਇਹ ਕਿਹਾ ਮੈਂ ਉਰਦੂ ਵਿੱਚ ਗੱਲ ਕੀਤੀ ਅਤੇ ਉਹ ਮੈਨੂੰ ਉਹਨਾਂ ਨੇ ਪਛਾਣਿਆ ਨਹੀਂ ਐਸਾ ਕੋਈ, ਉਹਨਾਂ ਨੇ ਕਿਹਾ ਵੀ ਯਾਰ ਇਹ ਉਰਦੂ ਬੋਲ ਰਿਹਾ। ਕੀ ਵਜ੍ਹਾ ਸੀ ਉੱਥੇ ਪਹਿਚਾਣ ਤੁਹਾਨੂੰ ਛਪਾਣੀ? ਉਹ ਮੈਂ ਉਹਨਾਂ ਨੇ ਮੇਰਾ ਸਲਾਮ ਲਿਆ, ਮੈਂ ਕਿਹਾ ਜੀ ਵਾਲਕੁਮ ਸਲਾਮ, ਉਹ ਅਲੀਮੈਸੀ ਬੋਲ ਰਹੇ ਸੀ, ਮੈਂ ਕਿਹਾ ਯਾਰ ਕੌਣ ਅਲੀਮੈਸੀ, ਮੈਂ ਤਾਂ ਅਲੀਮੈਸੀ ਨਹੀਂ ਹੂੰ, ਮੇਰਾ ਨਾਮ ਤਾਂ ਸ਼ੇਖ ਮਾਨਾ ਹੈ, ਮੈਨੇ ਐਸੇ ਬੋਲਿਆ। ਨਹੀਂ ਨਹੀਂ, ਇਹ ਗਰੂਰ ਹੈ ਜਾਂ ਵੈਸੇ ਆਪਣੇ? ਵੈਸੇ ਬਸ 2 ਮਿੰਟ ਕੇ ਲਈ ਉਹਨੂੰ ਸਾਹ ਸ਼ੁਕਰ ਲਾਇਆ। ਅੱਛਾ, ਹਾਂਜੀ, ਉਹ ਜੈਸੇ ਸ਼ੁਗਰ ਨਹੀਂ ਲਗਾਤੇ ਇਸ ਤਰ੍ਹਾਂ। ਅਲੀਮੈਸੀ ਸਾਹਿਬ, ਸਾਡਾ ਆਖਰੀ ਤੁਹਾਡੇ ਨਾਲ ਸਵਾਲ ਆ, ਜਿਹੜਾ ਅਹਿਮ ਹੁੰਦਾ ਹਰ ਇੰਟਰਵਿਊ ਦਾ। ਹਾਂਜੀ ਹਾਂਜੀ, ਤੁਸੀਂ ਮਤਲਬ ਸਟਾਰ ਬਣ ਗਏ ਹੋ, ਮਜੀਦ ਤੁਸੀਂ ਮਤਲਬ ਤਰੱਕੀ ਕਰੋਗੇ ਇਨਸ਼ਾਅੱਲਾ, ਮੈਨੂੰ ਬੜੀ ਉਮੀਦ ਆ ਜਿਹੜਾ ਜਿਸ ਤਰ੍ਹਾਂ ਤੁਸੀਂ ਮਿਹਨਤ ਨਾਲ ਲੱਗੇ ਹੋ। ਹਾਂਜੀ ਹਾਂਜੀ, ਅਤੇ ਹੁਣ ਤੁਹਾਡੀ ਉਮਰ ਜਿਹੜੀ ਨਾ ਸ਼ਾਦੀ ਦੀ ਆ ਗਈ ਆ। ਹਾਂਜੀ ਹਾਂਜੀ, ਅਤੇ ਸਟਾਰ ਵੀ ਤੁਸੀਂ ਬਣ ਗਏ ਆ। ਹਾਂਜੀ ਹਾਂਜੀ, ਅਤੇ ਹੁਣ ਸ਼ਾਦੀ ਜਿਹੜੀ ਆ ਉਹ ਵਾਲਦੈਨ ਦੀ ਰਜ਼ਾਮੰਦੀ ਨਾਲ ਕਰੋਗੇ ਜਾਂ ਕੋਈ ਟਿਕਟੋਕਰ ਸਟਾਰ ਹੀ ਤੁਹਾਡੇ ਕਾਬੂ ਆ ਜਾਏਗੀ? ਨਹੀਂ ਨਹੀਂ, ਦਰਅਸਲ ਨਾ ਮਾਂ ਪਿਓ ਦਾ ਸਭ ਤੋਂ ਪਹਿਲੇ ਹੱਕ ਆ। ਸਹੀ ਆ, ਜਿੱਥੇ ਮਾਂ ਪਿਓ ਕਹੇਗਾ ਸ਼ਾਦੀ ਉੱਥੇ ਕਰਾਂਗੇ। ਨਹੀਂ, ਮਾਂ ਪਿਓ ਦੀ ਵੀ ਰਜ਼ਾਮੰਦੀ ਆ, ਤਾਂ ਪਸੰਦ ਕੀ ਆ ਵੈਸੇ ਤੁਹਾਡੀ? ਫਿਲਹਾਲ ਤਾਂ ਕੁਛ ਨਹੀਂ ਹੈ, ਫਿਲਹਾਲ ਤਾਂ ਬਸ ਟਿਕਟੋਕ ਵੱਲ ਧਿਆਨ ਆ, ਅਤੇ ਹੋਏਗਾ ਤਾਂ ਜ਼ਰੂਰ ਦੱਸਾਂਗੇ ਵੀਰਾ ਭਰਾਵਾਂ ਨੂੰ ਆਪਣੇ ਫੈਨਸ ਨੂੰ। ਨਾਜ਼ਰੀਨ, ਨਿਸ਼ਾਨਦੇਹੀ ਪ੍ਰੋਗਰਾਮ ਦਾ ਵੇਲਾ ਖਤਮ ਹੋ ਗਿਆ, ਅਤੇ ਸਾਡੇ ਪੰਜਾਬੀ ਭਰਾ ਸੀਗੇ ਅਲੀਮੈਸੀ, ਅੱਡਾ ਜੌਲ ਫੈਸਲਾਬਾਦ 'ਤੇ ਇਹਨਾਂ ਦੀ ਰਿਹਾਇਸ਼ ਆ, ਅਤੇ ਨਾਜ਼ਰੀਨ ਦੀ ਫਰਮਾਇਸ਼ 'ਤੇ ਇਹਨਾਂ ਦਾ ਅਸੀਂ ਇੰਟਰਵਿਊ ਕੀਤਾ, ਅਤੇ ਨੈਕਸਟ ਮਿਲਾਂਗੇ ਇਨਸ਼ਾਅੱਲਾ ਇੱਕ ਅੱਛੇ ਪ੍ਰੋਗਰਾਮ ਦੇ ਨਾਲ ਅਤੇ ਅਲੀਮੈਸੀ ਸਾਹਿਬ ਦੇ ਨਾਲ। ਪਾਕਿਸਤਾਨ ਜ਼ਿੰਦਾਬਾਦ।